ਤੇਜ਼ ਰਫ਼ਤਾਰ ਸਕੂਲੀ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ 14 ਸਕੂਲੀ ਬੱਚੇ ਜ਼ਖਮੀ। ਬਰਨਾਲਾ ਚੰਡੀਗੜ੍ਹ ਮੁੱਖ ਮਾਰਗ 'ਤੇ ਧਨੌਲਾ ਨੇੜੇ ਹਾਦਸਾ ਵਾਪਰਿਆ। ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ। ਗ੍ਰੀਨਫੀਲਡ ਕਾਨਵੈਂਟ ਸਕੂਲ ਦਾਨਗੜ੍ਹ ਦੀ ਸਕੂਲੀ ਬੱਸ ਧਨੌਲਾ ਤੋਂ ਪਿੰਡ ਭੱਠਲ ਨੂੰ ਜਾਂਦੀ ਸੜਕ ਨੇੜੇ ਇੱਕ ਤੇਜ਼ ਰਫ਼ਤਾਰ ਸਕੂਲੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਬੱਸ ਡਰਾਈਵਰ ਅਤੇ ਮਹਿਲਾ ਹੈਲਪਰ ਸਮੇਤ ਕਰੀਬ 14 ਬੱਚੇ ਜ਼ਖਮੀ ਹੋ ਗਏ। ਵਿਜੂਅਲ ਅਤੇ ਐਲੀਮੈਂਟਸ ਸੜਕ ਦੁਰਘਟਨਾ ਤੋਂ ਗੋਲੀ, ਜ਼ਖਮੀ ਸਕੂਲੀ ਬੱਚੇ ਅਤੇ ਸਟਾਫ, ਬੱਸ ਡਰਾਈਵਰ, ਹੈਲਪਰ, ਸਕੂਲੀ ਕੁੜੀ, ਚਸ਼ਮਦੀਨ ਗਵਾਹ ਅਤੇ ਡਾਕਟਰ ਦਾ ਚੱਕ। ਇਸ ਮੌਕੇ ਗੱਲਬਾਤ ਕਰਦਿਆਂ ਬੱਸ ਡਰਾਈਵਰ ਨੇ ਦੱਸਿਆ ਕਿ ਉਹ ਗ੍ਰੀਨਫੀਲਡ ਸਕੂਲ ਦਾਨਗੜ੍ਹ ਦੀ ਬੱਸ ਚਲਾਉਂਦਾ ਹੈ। ਅੱਜ ਸਵੇਰੇ ਜਦੋਂ ਉਹ ਆਪਣੇ ਬੱਚੇ ਨਾਲ ਸਕੂਲ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਕੈਂਟਰ ਨਾਲ ਬੱਸ ਦੀ ਟੱਕਰ ਹੋ ਗਈ। ਉਸਨੇ ਦੱਸਿਆ ਕਿ ਸਕੂਲ ਵਿੱਚ 40 ਦੇ ਕਰੀਬ ਬੱਚੇ ਸਨ, ਪਰ ਜ਼ਖਮੀਆਂ ਬਾਰੇ ਉਸਨੂੰ ਕੁਝ ਨਹੀਂ ਪਤਾ। ਉਸਨੇ ਦੱਸਿਆ ਕਿ ਬੱਸ ਅਤੇ ਕੈਂਟਰ ਦੀ ਆਮੋ ਸਾਹਮਣੇ ਟੱਕਰ ਹੋ ਗਈ। ਇਸ ਸੰਬੰਧੀ ਚਸ਼ਮਦੀਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਚੰਡੀਗੜ੍ਹ ਰੋਡ 'ਤੇ ਪਿੰਡ ਭੱਠਾ ਨੇੜੇ ਸਕੂਲ ਬੱਸ ਅਤੇ ਟਰੱਕ ਵਿਚਕਾਰ ਹਾਦਸਾ ਵਾਪਰ ਗਿਆ। ਉਸਨੇ ਦੱਸਿਆ ਕਿ ਸਕੂਲ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਬੱਸ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਸੰਬੰਧੀ ਸਰਕਾਰੀ ਹਸਪਤਾਲ ਧਨੌਲਾ ਦੇ ਡਾਕਟਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਕਈ ਬੱਚੇ ਅਤੇ ਸਟਾਫ ਮੈਂਬਰ ਹਸਪਤਾਲ ਵਿੱਚ ਦਾਖਲ ਹੋਏ। ਉਸਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ। 4 ਦੇ ਕਰੀਬ ਬੱਚਿਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਗਰੋਰ ਕਰਨੀ ਆ ਰਹੀ ਸੀ, ਉਹਦੇ ਭੱਠਾ ਰੋਡ ਤੋਂ ਜੀ, ਉਹਨੇ ਕੈਂਟਰ ਸਿੱਧਾ ਮੂਹਰੇ ਕਰਤਾ ਜੀ, ਜਗ ਭੱਠਾ ਤੋਂ ਸਿੱਧਾ ਇੱਧਰ ਧਨੌਲਾ ਕਰੀ ਬਾਈਪਾਸ ਤੋਂ ਕੱਟ ਤੋਂ ਸਿੱਧਾ ਮੂਹਰੇ ਕਰਤਾ। ਕਿੰਨੇ ਬੱਚੇ? ਬੱਚੇ 42 ਬੱਚੇ ਸਰ। ਹਾਂਜੀ, ਕਿੰਨੇ ਵਜੇ ਦੀ ਗੱਲ ਹੈ? ਹਾਂਜੀ ਸਰ, ਕਿੰਨੇ ਵਜੇ ਦੀ ਘਟਨਾ? 8 ਵਜੇ ਘਟਨਾ ਜੀ, ਪੌਣੇ 8 ਵਜੇ। ਕਿੱਥੋਂ ਲੈ ਕੇ ਆ ਰਹੇ ਸੀ ਬੱਚੇ? ਇਹ ਬੱਚੇ ਸਰ ਪੰਦੇਰ ਆ ਜੀ, ਆ ਜੀ ਕੋਟ ਦੇ ਸਾਂ ਕਾਲੇ ਕਿਆਂ ਦੇ ਵਿੱਚ ਸੀ। ਟੱਕਰ ਹੋ ਗਈ ਸਿੱਧਾ ਮੂਹਰੇ ਕਰਤਾ ਲਿਆ ਯਾਰ। ਗ੍ਰੀਨਫੀਲਡ ਦੀ ਆ ਜੀ, ਦਾਨਗੜ੍ਹ ਸਕੂਲ ਦੀ। ਅਸੀਂ ਸਕੂਲ ਜਾ ਰਹੇ ਸੀ ਰਾਜੀ। ਰਾਜੀ ਤੋਂ ਆ ਰਹੇ ਸੀ? ਕਿੰਨੇ ਵਜੇ ਗੱਲ ਹੋਈ ਹੈ? ਕਿੱਥੇ ਹੋਈ? ਤਾਂ ਮਿਸਤਰੀ ਦੇ ਰੇਟ ਤੇ ਨਹੀਂ। ਹਾਂ, ਬੁੱਟਾ ਹੋਜੀ ਬੁੱਟਾ ਆ ਰਿਹਾ ਸੀ। ਉਹ ਮੇਰਾ ਟਰੱਕ ਆ ਰਿਹਾ ਸੀ। ਕਿੰਨੇ ਬੱਚੇ ਦਿੱਤਾ ਸੀ? ਪਤਾ ਨਹੀਂ। ਸ਼ਹਿਰ ਵੱਲ ਨੂੰ ਤੇ ਉਧਰ ਗੱਡੀ ਵੀ ਆ ਰਹੀ ਸੀ ਰਫ਼ਤਾਰ ਦੇ ਵਿੱਚ। ਜਦੋਂ ਉਹ ਗੱਡੀ ਉਹਨੇ ਟਰੱਕ ਵਾਲੇ ਨੇ ਗੱਡੀ ਆਪਣੀ ਕ੍ਰੋਸ ਕਰਤੀ, ਟਰੱਕ ਸਾਰਾ ਲੰਘ ਚੁੱਕਾ ਸੀ ਟਰੱਕ ਸਾਰਾ, ਮਗਰ ਟਰੱਕ ਦਾ ਡਾਲਾ ਖੁੱਲ੍ਹਾ ਸੀਗਾ ਤੇ ਉਧਰੋਂ ਮਗਰੋਂ ਸਕੂਲ ਵਾਲੀ ਗੱਡੀ ਆ ਰਹੀ ਸੀ। ਉਹ ਤੋਂ ਸਪੀਡ ਹੋਣ ਕਾਰਨ ਉਹ ਤੋਂ ਕੰਟਰੋਲ ਨਹੀਂ ਹੋਇਆ, ਜੇ ਮਾੜੇ ਮੋਟੇ ਬ੍ਰੇਕ ਲਾ ਦਿੰਦਾ ਉਹ ਮਤਲਬ ਐਡਾ ਹਾਦਸਾ ਨਹੀਂ ਵਾਪਰਦਾ ਸੀਗਾ। ਉਹ ਟਰੱਕ 'ਚ ਪਿੱਛੋਂ ਵੱਜੀ, ਟਰੱਕਾਂ ਲੰਘ ਚੁੱਕੇ ਸੀਗਾ। ਇਹ ਸ਼ਾਇਦ ਆਪਣਾ ਗ੍ਰੀਨਫੀਲਡ ਸਕੂਲ ਦੀ ਬੈਨ ਹੈ, ਗ੍ਰੀਨਫੀਲਡ ਸਕੂਲ ਹੈ ਜੀ। ਬੱਚੇ, ਹਾਂਜੀ, ਦੋ ਤਿੰਨ ਬੱਚਿਆਂ ਦੀ ਸੱਟਾਂ ਵੱਜੀਆਂ ਨੇ। ਹਾਂਜੀ ਹਾਂਜੀ, ਤੇ
ਮੈਂ ਇਹ ਗੱਲ ਆਇਆ ਵੀ ਚਲੋ ਸਕੂਲਾਂ ਦਾ ਟਾਈਮ ਵੀ ਥੋੜ੍ਹਾ ਹੁੰਦਾ, ਬੱਚਿਆਂ ਨੂੰ ਵੀ ਲੈਂਦੇ ਕਰਦੇ ਵੀ ਲੇਟ ਹੋ ਜਾਂਦੇ ਨੇ, ਪਰ ਐਂ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ ਹੈ ਨਾ, ਵੀ ਬੱਚੇ ਹੁੰਦੇ ਨੇ ਛੋਟੇ ਵੀ ਦੇਖ ਕੇ ਚਲਾਉਣੀ ਚਾਹੀਦੀ ਗੱਡੀਆਂ 'ਚ, ਬਹੁਤ ਵੱਡਾ ਹਾਦਸਾ ਵਾਪਰ ਜਾਣਾ। ਚਲੋ ਸ਼ੁਕਰ ਮੰਨੋ ਵੀ ਥੋੜ੍ਹਾ ਹੋਇਆ ਵੀ, ਜੇ ਕਿ ਜ਼ਿਆਦਾ ਤੇਜ਼ ਰਫ਼ਤਾਰ ਹੁੰਦੀ ਜ਼ਿਆਦਾ ਨੁਕਸਾਨ ਹੋ ਜਾਂਦਾ ਜੀ। ਅੱਜ ਤਕਰੀਬਨ 8-10 ਤੇ ਸਵੇਰੇ ਜੀ ਸਕੂਲ ਬੱਸ ਦਾ ਜਿਹੜਾ ਐਕਸੀਡੈਂਟ ਹੋਇਆ, ਉਹਦੇ ਵਿੱਚੋਂ ਵੱਖ ਵੱਖ ਤਰ੍ਹਾਂ ਦੇ ਬੱਚੇ ਅਤੇ ਉਹਨਾਂ ਦੇ ਦੋ ਸਟਾਫ ਮੈਂਬਰ ਐਮਰਜੈਂਸੀ 'ਚ ਅਸੀਂ ਰਿਸੀਵ ਕੀਤੇ, ਅਤੇ ਕੁਛ ਜਿਨ੍ਹਾਂ ਦੇ ਪੇਸ਼ੈਂਟਸ 'ਤੇ ਟਾਂਕੇ ਲੱਗਣੇ ਸੀ ਇਮੀਜੀਏਟਲੀ, ਉਹ ਲਾ ਕੇ ਫਿਰ ਐਕਸਰੇ ਕਰਾਏ ਗਏ। ਤਕਰੀਬਨ 3 ਬੱਚਿਆਂ ਦੇ ਤਾਂ ਫ੍ਰੈਕਚਰ ਆਇਆ, ਉਹਨਾਂ ਨੂੰ ਆਰਥੋ ਡਿਪਾਰਟਮੈਂਟ 'ਚ ਭੇਜ ਦਿੱਤਾ ਗਿਆ। ਇੱਕ ਦੇ ਸਿਰ 'ਚ ਸੱਟ ਸੀ, ਉਹਦੇ ਸ਼ਾਇਦ ਸੀਟੀ ਸਕੈਨ ਦੀ ਜ਼ਰੂਰਤ ਸੀ, ਉਹਨੂੰ ਵੀ ਰੈਫਰ ਕਰਕੇ ਅਸੀਂ ਸਿਵਲ ਹਸਪਤਾਲ ਬਰਨਾਲੇ 'ਚ ਭੇਜ ਦਿੱਤਾ ਹੈ। ਬਾਕੀ ਸਭ ਨੂੰ ਫਸਟ ਏਡ ਦੇ ਕੇ ਅਤੇ ਇੰਜੈਕਸ਼ਨ ਦੇ ਕੇ ਆਬਜ਼ਰਵੇਸ਼ਨ 'ਚ ਰੱਖ ਲਿਆ। ਜਿਹੜੇ ਜਿਹੜੇ ਠੀਕ ਪ੍ਰਤੀਤ ਹੋਏ ਜਾਣਗੇ ਉਹਨਾਂ ਨੂੰ ਅਸੀਂ ਘਰ ਭੇਜ ਦੇਵਾਂਗੇ, ਪਰ ਰੱਬ ਦੀ ਕਿਰਪਾ ਨਾਲ ਕੈਜੂਅਲਟੀ ਕੋਈ ਨਹੀਂ ਹੋਈ ਅਤੇ ਜਿੰਨੇ ਐਡਮਿਟ ਕੀਤੇ ਨੇ ਸਾਰੇ ਦੇ ਸਾਰੇ ਸਟੇਬਲ ਨੇ। ਧਨੌਲਾ ਦੇ ਗ੍ਰੀਨਫੀਲਡ ਸਕੂਲ ਦੀ ਇੱਕ ਬੱਸ ਜੋ ਕਿ ਬੱਚਿਆਂ ਨੂੰ ਲੈ ਕੇ ਪੰਧੇਰਕੋਟ ਦੋਨਾਂ ਏਰੀਏ ਦੇ ਬੱਚੇ ਸੀ ਉਹਦੇ ਵਿੱਚ, ਉਹਨਾਂ ਨੂੰ ਲੈ ਕੇ ਧਨੌਲੇ ਆ ਰਹੀ ਸੀ ਅਤੇ ਮੇਨ ਰੋਡ ਦੇ ਉੱਤੇ ਭੱਠਲਾਂ ਕੱਟ ਤੋਂ ਜਦੋਂ ਆਪਾਂ ਧਨੌਲੇ ਨੂੰ ਜਾਂਦੇ ਹਾਂ ਉੱਥੇ ਇਹ ਜਿਹੜੀ ਬੱਸ ਹੈ ਇਹਦੀ ਇੱਕ ਜਿਹੜਾ ਟਰੱਕ ਜੋ ਯੂ ਟਰਨ ਲੈ ਰਿਹਾ ਸੀ ਉਹਦੇ ਨਾਲ ਟੱਕਰ ਹੋ ਕੇ ਉੱਥੇ ਐਕਸੀਡੈਂਟ ਹੋਇਆ ਸੀ, ਜਿਹਦੇ ਵਿੱਚ ਕੁਝ ਬੱਚਿਆਂ ਦੇ ਜੋ ਸੱਟਾਂ ਲੱਗੀਆਂ ਸੀ। ਫੋਰਚੂਨੇਟਲੀ ਉਸੇ ਟਾਈਮ ਸਾਡੀ ਥਾਣਾ ਧਨੌਲਾ ਅਤੇ CIA ਦੀਆਂ ਟੀਮਾਂ ਦਾ ਲੋਅ ਐਂਡ ਆਰਡਰ ਦੇ ਸੰਬੰਧ ਵਿੱਚ ਇੱਕ ਨਾਕਾ ਲੱਗਿਆ ਹੋਇਆ ਸੀ ਜੋ ਨੇੜੇ ਹੀ ਸੀ, ਜੋ ਤੁਰੰਤ ਉੱਥੇ ਮੌਕੇ 'ਤੇ ਸਾਡੇ ਮੁਲਾਜ਼ਮ ਪਹੁੰਚ ਗਏ, ਜਿਨ੍ਹਾਂ ਨੇ ਸਾਰੇ ਜਿਹੜੇ ਬੱਚੇ ਸੀ ਉਸ ਬੱਸ ਦੇ ਵਿੱਚ ਉਹਨਾਂ ਨੂੰ ਸੁਰੱਖਿਅਤ ਬੱਸ ਵਿੱਚੋਂ ਬਾਹਰ ਕੱਢ ਕੇ ਅਤੇ ਤੁਰੰਤ ਉੱਥੇ ਸਿਵਲ ਹਸਪਤਾਲ ਧਨੌਲਾ ਭਰਤੀ ਕਰਾਇਆ, ਜਿਨ੍ਹਾਂ ਦੇ ਵਿੱਚੋਂ 3 ਬੱਚੇ ਜਿਨ੍ਹਾਂ ਦੇ ਕੁਝ ਮਾਈਨਰ ਸੱਟਾਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਦਾ ਰੈਫਰ ਕੀਤਾ ਗਿਆ, ਬਾਕੀ ਸਾਰੇ ਬੱਚਿਆਂ ਨੂੰ ਫਸਟ ਏਡ ਦੇ ਕੇ ਅਤੇ ਉਹਨਾਂ ਦੇ ਘਰਾਂ ਵਿੱਚ ਪਹੁੰਚਾ ਦਿੱਤਾ ਗਿਆ। ਜੋ ਸ਼ੁਰੂਆਤੀ ਪੜਤਾਲ ਕੀਤੀ ਗਈ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬੱਸ ਦਾ ਡਰਾਈਵਰ ਸੀ ਜਿਹਦਾ ਨਾਂ ਬੂਟਾ ਸਿੰਘ ਹੈ ਵਾਸੀ ਪੰਧੇਰ, ਇਹ ਬੜੀ ਲਾਪਰਵਾਹੀ ਦੇ ਨਾਲ ਬੱਸ ਨੂੰ ਚਲਾ ਰਿਹਾ ਸੀ। ਜੋ ਅੱਗੇ ਟਰੱਕ ਸੀ ਉਹ ਯੂ ਟਰਨ ਲੈ ਕੇ ਕਾਫੀ ਦੂਰ ਤੋਂ ਦਿਖ ਰਿਹਾ ਸੀ ਕਿ ਉਹ ਟਰੱਕ ਜਿਹੜਾ ਮੁੜ ਚੁੱਕਾ ਸੀ, ਯੂ ਟਰਨ ਆਲਮੋਸਟ ਉਹਨੇ ਲੈ ਵੀ ਲਿਆ ਸੀ, ਬਟ ਬਜਾਏ ਬੱਸ ਨੂੰ ਹੌਲੀ ਕਰਨ ਦੇ ਇਹਨੇ ਉਸ ਨੂੰ ਹੌਰਨ ਮਾਰਦਾ ਰਿਹਾ ਇਹ ਡਰਾਈਵਰ, ਅਤੇ ਉਹਦੇ ਜਿਹਦੇ ਕਰਕੇ ਇਹਦੀ ਜਾ ਕੇ ਉਹਦੇ ਟਰੱਕ ਦੇ ਪਿੱਛੇ ਬੈਕ ਸਾਈਡ ਦੇ ਵਿੱਚ ਟੱਕਰ ਵੱਜੀ। ਅਤੇ ਅਸੀਂ ਥਾਣਾ ਧਨੌਲਾ ਵਿਖੇ ਇਹ ਜਿਹੜਾ ਬੱਸ ਦਾ ਡਰਾਈਵਰ ਸੀ ਬੂਟਾ ਸਿੰਘ ਵਾਸੀ ਪੰਧੇਰ ਇਹਦੇ ਖਿਲਾਫ 283 IPC ਅਧੀਨ FIR ਵੀ ਦਰਜ ਕਰ ਰਹੇ ਹਾਂ। ਬੱਚੇ ਸਾਰੇ ਸੁਰੱਖਿਅਤ ਘਰਾਂ 'ਚ? ਹਾਂਜੀ, ਸਾਰੇ ਕੁੱਲ 14 ਬੱਚੇ ਜਿਹੜੇ ਮਾਈਨਰ ਇੰਜਰੀਜ਼ ਦੇ ਨਾਲ ਸਿਵਲ ਹਸਪਤਾਲ ਧਨੌਲਾ ਦਾਖਲ ਕਰਵਾਏ ਗਏ ਸੀ, ਜਿਨ੍ਹਾਂ ਵਿੱਚੋਂ 3 ਬੱਚਿਆਂ ਨੂੰ ਉਹਨਾਂ ਦੇ ਵੀ ਮਾਈਨਰ ਇੰਜਰੀਜ਼ ਨੇ, ਕੋਈ ਖਤਰੇ ਵਾਲੀ ਗੱਲ ਨਹੀਂ ਹੈ, ਉਹਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਦਾ ਰੈਫਰ ਕੀਤਾ ਗਿਆ ਸੀ, ਬਾਕੀ ਸਾਰੇ ਬੱਚਿਆਂ ਨੂੰ ਫਸਟ ਏਡ ਦੇਣ ਤੋਂ ਬਾਅਦ ਉਹਨਾਂ ਦੇ ਘਰੋਂ ਘਰੀ ਧਨੌਲਾ ਪੁਲਿਸ ਵੱਲੋਂ ਪਹੁੰਚਾ ਦਿੱਤਾ ਗਿਆ। ਜੀ ਬਿਲਕੁਲ, ਜਿਵੇਂ ਤੁਹਾਨੂੰ ਪਤਾ ਹੀ ਹੈ ਕੁਛ ਸਮਾਂ ਪਹਿਲਾਂ ਹਰਿਆਣਾ ਦੇ ਮਹਿੰਦਰਗੜ੍ਹ ਵਿਖੇ ਇੱਕ ਵੱਡਾ ਹਾਦਸਾ ਸਕੂਲ ਬੱਸ ਨਾਲ ਵਾਪਰਿਆ ਸੀ, ਜਿਹਦੇ ਸੰਬੰਧ ਵਿੱਚ ਹੁਣ ਬਰਨਾਲਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸੇਫ ਸਕੂਲ ਵਾਹਨ ਸਕੀਮ ਤਹਿਤ ਜ਼ਿਲ੍ਹੇ ਦੇ ਸਾਰੇ ਹੀ ਜਿਹੜੇ ਪ੍ਰਾਈਵੇਟ ਸਕੂਲਸ ਨੇ ਉਹਨਾਂ ਦੀਆਂ ਬੱਸਾਂ ਦੀ ਚੈਕਿੰਗ ਕਰਵਾਈ ਜਾ ਰਹੀ ਹੈ, ਜਿਹਦੇ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਜੁਆਇੰਟ ਟੀਮਾਂ ਬਣਾ ਕੇ ਸਾਰੇ ਹੀ ਸਕੂਲਾਂ ਦੀਆਂ ਜਿਹੜੀਆਂ ਬੱਸਾਂ ਨੂੰ ਸੁਰੱਖਿਆ ਦੇ ਲਿਹਾਜ਼ ਤੋਂ ਚੈਕਿੰਗ ਕੀਤੀ ਜਾ ਰਹੀ ਹੈ। ਜਿਹੜੀਆਂ ਵੀ ਬੱਸਾਂ ਦੀ ਵੱਲੋਂ ਸੁਰੱਖਿਆ ਦੀਆਂ ਜੋ ਹਦਾਇਤਾਂ ਨੂੰ ਪਾਲਣਾ ਨਹੀਂ ਕੀਤੀ ਜਾ ਰਹੀ, ਉਹਨਾਂ ਦੇ ਚਲਾਣ ਵੀ ਕੀਤੇ ਜਾ ਰਹੇ ਨੇ, ਉਹਨਾਂ ਨੂੰ ਬਾਉਂਡ ਵੀ ਕੀਤਾ ਜਾ ਰਿਹਾ। ਇਹ ਅਸੀਂ ਹੁਣ ਇਹਦੇ 'ਚ ਦੇਖਾਂਗੇ ਜੀ। ਜੋ ਫਿਲਹਾਲ ਜੋ ਸ਼ੁਰੂਆਤੀ ਜਿਹੜੀ ਗੱਲਬਾਤ ਆ ਉਹ ਤਾਂ ਅਣਗਹਿਲੀ ਡਰਾਈਵਰ ਦੀ ਸਾਹਮਣੇ ਆਈ ਹੈ, ਬਟ ਜਿਹੜੀ ਬੱਸ ਹੈ ਉਹਦੀ ਵੀ ਅਸੀਂ ਚੈਕਿੰਗ ਕਰਾਂਗੇ। ਜੋ ਸਾਡੀ ਜੁਆਇੰਟ ਟੀਮ ਆ ਸਿਵਲ ਪ੍ਰਸ਼ਾਸਨ ਦੇ ਨਾਲ ਉਹ ਚੈੱਕ ਕਰੇਗੀ ਕਿ ਜਿਹੜੀਆਂ ਵੀ ਸੇਫਟੀ ਸੰਬੰਧੀ ਗਾਈਡਲਾਈਨਸ ਨੇ ਜੋ ਬੱਸ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ
ਉਹ ਮੌਜੂਦ ਹਨ ਜਾਂ ਨਹੀਂ। ਜੇਕਰ ਕੋਈ ਵੀ ਕੁਤਾਹੀ ਇਹਦੇ ਵਿੱਚ ਸਾਹਮਣੇ ਆਉਂਦੀ ਹੈ ਤਾਂ ਸੰਬੰਧਿਤ ਸਕੂਲ ਪ੍ਰਸ਼ਾਸਨ ਦੇ ਉੱਤੇ ਵੀ, ਸੰਬੰਧਿਤ ਅਧਿਕਾਰੀ ਦੇ ਉੱਤੇ ਵੀ ਕਾਰਵਾਈ ਕੀਤੀ ਜਾਏਗੀ। ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ। ਸੰਪਰਕ ਕਰੋ।